स्वागत है किसान वीरो सिद्ध कडेरी फार्मिंग दे विच। किसान वीरो अज जिहड़ी वीडियो बना रहे हैं पिंड गाजी आ ना, यह पिंड निहाल सिंह वाला तहसील ते मोगे जिले का है। इहदे नेड़ दे पिंडां दी जे गल करिए दसो तां बिल्कुल नाल सैदो के है, इस तों इलावा मधे पिंड नाल है ते मधे निहाल सिंह वाले दे वी नाल दा पिंड है। मतलब गाजी आना रौंता खाई इस साइड दे पिंडां दे विच आउंदा है। जिहड़े घर चों वीडियो बना रहे हैं दसो भाई, वैसे जॉब करदा ते नाल शौक आ भरा नूं पशु रखण दा वी, पर अज सारे पशु वीर ने वेचने आ जिहड़े नग इस टाइम मौजूद है। पहले नंबर ते वैड़ गब्बन है, थोड़े दिन लैंदी है। इहदे नाल गां एच एफ ब्रीड दी है, सिंग जरूर हैगे आ। इहदा कुछ टाइम बाकी है, किन्ना टाइम इह लऊगी सूण च उह भाई आपां नूं दस दू। एक तुहानूं वच्छी दिखाऊंगा दसो, है तां क्रॉस ब्रीड पर रंग रूप सारा एच एफ वाला है। इहदे नाल एक होर वच्छी क्रॉस ब्रीड दे विच है। सो दो हीफर ते दो गावां, चार नग दिखाऊंगा, तुसीं वीडियो नूं एंड तक देखियो। नग जिहड़ा भी खरीदना चाहो, पशु जिहड़ा भी खरीदना, उहदी तसल्ली तुसीं करनी है। रेट हमेशा मालक आपदी इच्छा अनुसार करदा, क्योंकि हक भी है, जिन्हें मेहनत करके आपदी चीज़ कोई तैयार की है उहदी डिमांड रखण दा हक है। जिन्हें खरीदनी है वह आपदी मर्जी नाल आपदी इच्छा नाल पशु खरीददा। सो आओ डिटेल पुछिए, फिर ये थोनू नग जिहड़े कुछ इन्हां चों कुछ गावां जिहड़ियां उह तोड़ के दिखा देंगे। पहलां जानकारी लैंदे हां जिहड़ी वैड दा थोड़ा टाइम बाकी है, गब्बन दिसदी है। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਨਾਮ ਆਪਣਾ ਦੱਸ ਦੀ ਬਾਈ। ਨਾਮ ਗੁਰਮੀਤ ਸਿੰਘ ਹੈ ਜੀ। ਗੁਰਮੀਤ ਬਾਈ, ਆਪਾਂ ਇਸ ਪਸ਼ੂ ਤਾਂ ਜਿਹੜੇ ਆਪਣੇ ਕੋਲ ਰੱਖੇ ਹੋਏ ਆ ਸਾਰੇ ਘਰ ਦੇ ਹੀ ਆ ਮੇਰੇ ਖਿਆਲ 'ਚ। ਹਾਂਜੀ, ਸਾਰੇ ਘਰ ਦੇ ਹੀ, ਆਪਣੇ ਘਰ ਦੀ ਬਰੀਡ ਹੀ ਹੈ ਜੀ। ਠੀਕ ਹੈ। ਅੱਛਾ ਬਾਈ, ਅੱਜ ਜਿਹੜੀ ਇਹ ਵੈੜ ਵੇਚਾਂਗੇ ਪਹਿਲੇ ਨੰਬਰ ਤੇ ਦਿਖਾਉਣੀ ਆਪਾਂ। ਹਾਂਜੀ। ਕੈਨਵਸ ਵਸ ਹੁੰਦੀ ਇਹ ਪਹਿਲਣ ਹੈ ਬਾਈ। ਕਿੰਨਾ ਟਾਈਮ ਹੁਣ ਲਊਗੀ ਸੋਨ 'ਚ? ਇਹਦੇ 31 ਤਰੀਕ ਨੂੰ ਪੂਰੇ ਆ ਦਿਨ ਜੀ, ਮਤਲਬ 31 ਨੂੰ। ਹਾਂਜੀ, 10 ਦਿਨ ਬਾਕੀ ਹੈ ਜੀ। ਅੱਜ 20 ਤਰੀਕ ਹੈ, 11 ਦਿਨ ਰਹਿ ਗਏ ਫਿਰ। ਹਾਂਜੀ ਹਾਂਜੀ, 11 ਦਿਨ ਬਾਕੀ ਹੈ ਜੀ। ਅੱਛਾ, ਇਹਦੀ ਡਿਟੇਲ ਹੈ ਸੀਮਨ ਕਿਹੜੇ ਤੋਂ ਗੱਬਣ ਹੈ? ਹਾਂਜੀ, ਇਹ ਆਪ ਵੀ ਕਿਹੜੇ ਸੀਮਨ ਦੀ ਹੈ ਤੇ ਜਿਹੜੇ ਸੀਮਨ ਇਹਦੇ ਲੱਗੇ ਹੋਏ ਸਾਰੇ ਪਸ਼ੂਆਂ ਦੇ ਆਪਣੇ ਕੋਲੇ ਰਿਟਰਨ ਦੇ ਵਿੱਚ ਹੈਗਾ ਸਾਰਾ ਕੁਝ ਲਿਖਤੀ ਰੱਖਿਆ। ਹਾਂਜੀ ਹਾਂਜੀ। ਅੱਛਾ ਬਾਈ, ਕੀ ਡਿਮਾਂਡ ਕਰਦੇ ਹੋ ਇਸ ਵੈਡ ਦੀ? ਡਿਮਾਂਡ ਵੀ ਜੀ ਇਹਦੀ ਆਪਾਂ 1,20,000 ਕਰਦੇ ਹਾਂ ਜੀ। ਖੋਲੀ ਨੂੰ ਬਈ, ਦੱਸੋ ਰੇਟ 1,20,000, 11 ਦਿਨ ਬਾਕੀ ਹੈ। ਮੀਡੀਅਮ ਹਾਈਟ ਦੇ ਵਿੱਚ ਸੋਹਣੀ ਵੈੜ ਹੈ। ਸੋ ਦਰਮਿਆਨੇ ਕੱਦ 'ਚ ਸੰਭੀ ਚੰਗੀ ਹੈ ਵੈੜ, ਸੰਭਾਲੀ ਬਾਈ ਨੇ ਸੋਹਣੀ ਹੈ। ਹਵਾਨਾ ਅੱਗੋਂ ਪਿੱਛੋਂ ਤੁਸੀਂ ਹੁਣ ਵੀਡੀਓ 'ਚੋਂ ਦੇਖ ਲਓਗੇ। 1,20,000 ਰੇਟ ਹੈ। ਰੇਟ ਬਾਰੇ ਮੈਂ ਪਹਿਲਾਂ ਵੀ ਤੁਹਾਨੂੰ ਦੱਸਤਾ ਸੀ ਵੀ ਮਾਲਕ ਆਪਦੀ ਇੱਛਾ ਅਨੁਸਾਰ ਆਪਦੀ ਮਰਜ਼ੀ ਨਾਲ ਰੇਟ ਰੱਖਦਾ, ਤੇ ਨਾਲ ਇਹ ਵੀ ਹੁੰਦਾ ਵੀ ਰੇਟ ਫਿਕਸ ਵੀ ਨਹੀਂ ਹੁੰਦਾ। ਜਦੋਂ ਤੂੰ ਕੋਈ ਭਰਾ ਗੱਲਬਾਤ ਕਰਦਾ ਜਾਂ ਕੇ ਦੇਖਦਾ, ਉਹ ਰੇਟ ਘੱਟ ਜਾਂਦਾ ਹੁੰਦਾ, ਕਿਉਂਕਿ ਕਦੇ ਕਦੇ ਪਸ਼ੂ ਵੇਚਣਾ ਹੁੰਦਾ ਤਾਂ ਫਿਰ ਉਹ ਰੇਟ ਜਿਹੜਾ ਉਹ ਘੱਟ ਨਾ ਰਹਿ ਜੇ, ਇਸ ਕਰਕੇ ਡਿਮਾਂਡ ਇੱਕ ਵਾਰ ਥੋੜ੍ਹੀ ਵੱਧ ਰੱਖੀ ਜਾਂਦੀ ਹੈ। ਹਵਾਨਾ ਫਿਕਸ ਰੱਖੂਗੀ ਵੈੜ, ਦਿਨ ਹਜੇ ਲਊਗੀ ਸੂਣ ਦੇ ਵਿੱਚ, 11 ਦਿਨ ਬਾਕੀ ਹੈ। ਦੁੱਧ ਲਾਉਣਾ ਸ਼ੁਰੂ ਕੀਤਾ ਹੈ। ਹਾਈਟ ਦੀ ਜੱਜਮੈਂਟ ਬਾਈ ਗੁਰਮੀਤ ਸਿੰਘ ਇਹਦੇ ਨਾਲ ਦੀ ਲੰਘੂਗਾ ਤਾਂ ਤੁਸੀਂ ਦੇਖ ਲਓਗੇ, ਤੁਹਾਨੂੰ ਅੰਦਾਜ਼ਾ ਹੋਜੂਗਾ ਵੱਛੀ ਦੀ ਹਾਈਟ ਕਿੰਨੀ ਕੁ ਹੈ। ਗੁਰਮੀਤ ਭਾਈ ਖੜੀ ਇਹਦੇ ਨਾਲ ਮਾੜਾ ਹੈ। ਸੋ ਦੱਸੋ ਜੱਜਮੈਂਟ ਕਰ ਲਿਓ ਇਹਦੀ ਹਾਈਟ ਕਿੰਨੀ ਹੋ ਸਕਦੀ ਹੈ। ਇਹ ਤੋਂ ਇਲਾਵਾ ਇੱਕ ਗਾਂ ਹੋਰ ਵੇਚਣੀ ਹੈ ਬਾਈ ਨੇ। ਬਾਈ ਜਿਹੜੀ ਇਹ ਸਿੰਗਾਂ ਵਾਲੀ ਗਾਂ, ਹਾਂ, ਕਿੰਨਵਾਂ ਸੋਅ ਹੁੰਦੀ? ਇਹ ਦੂਜਾ ਸੋਅ ਹੈ ਜੀ। ਪਹਿਲੇ ਸੋਅ ਦੁੱਧ ਕਿੰਨਾ ਕੁ ਦੇਗੀ ਸੀ? ਇਹਨੇ 24-25 ਲੀਟਰ ਦੁੱਧ ਦਿੱਤਾ ਜੀ। ਠੀਕ ਹੈ, ਕਿੰਨਾ ਟਾਈਮ ਇਸ ਟਾਈਮ ਰਹਿੰਦਾ ਇਹਦਾ ਸੋਅ 'ਚ? ਇਹਦਾ ਤਕਰੀਬਨ 25 ਦਿਨ ਬਾਕੀ ਹੈ ਜੀ। 25 ਦਿਨ ਜਾਣੀ, ਇਹ ਮੰਨ ਲਈਏ ਵੀ 1 ਮਹੀਨਾ ਲੈ ਸਕਦੀ ਹੈ। 1 ਮਹੀਨਾ? ਹਾਂਜੀ, ਇਹ ਡਰਾਈ ਹੁਣੀ ਕੀਤੀ ਹੈ, ਮਤਲਬ ਕਿ 12-13 ਕਿਲੋ ਤੋਂ ਡਰਾਈ ਕੀਤਾ ਥੋੜੀ, ਤਾਂ ਕਰਕੇ ਉਹ ਲਿਸੀ ਹੋਈ। ਠੀਕ ਹੈ। ਅੱਛਾ ਬਾਈ, ਕੀ ਰੇਟ ਰੱਖਦੇ ਹੋ? ਇਹਦਾ 82,000 ਜੀ। ਖੋਲੀ ਦੱਸੋ, ਰੇਟ 82,000 ਹੈ। 12 ਕਿਲੋ ਦੁੱਧ ਤੋਂ ਕੁਛ ਦਿਨ ਪਹਿਲਾਂ ਹੀ ਡਰਾਈ ਕੀਤੀ ਹੈ, 25 ਦਿਨ ਬਾਕੀ ਹੈ, 1 ਮਹੀਨਾ ਮੰਨ ਲਓ। ਮਤਲਬ ਜੇ ਅੱਜ ਤੋਂ 12-15 ਦਿਨ ਪਹਿਲਾਂ ਵੀ ਡਰਾਈ ਕੀਤੀ ਹੋਈ ਤਾਂ ਇਹਨੂੰ 1.5 ਮਹੀਨਾ ਡਰਾਈ ਟਾਈਮ ਮਿਲ ਜਾਣਾ, ਰਿਕਵਰ ਕਰ ਜਾਣਾ, ਕਿਉਂਕਿ ਟ੍ਰਾਂਜੀਸ਼ਨ ਫੀਡ ਵਗੈਰਾ ਤੁਸੀਂ ਪਾ ਸਕਦੇ ਹੋ ਇਹਨੂੰ, ਜਿਹੜਾ ਵੀਰ ਖਰੀਦਣਾ ਚਾਹੁੰਦਾ। ਸਿੰਘ ਇਹਦੇ ਹੈਗੇ ਆ, ਉਹ ਤੁਸੀਂ ਦੇਖ ਲਿਆ, ਵੈਸੇ ਬਰੀਡ ਇਹਦੀ ਐਚ ਐਫ 82,000 ਡਿਮਾਂਡ ਹੈ। ਢਾਂਚਾ ਬਹੁਤ ਸੋਹਣਾ ਗਾਂ ਦਾ ਦੱਸੋ, ਅਤੇ ਹਵਾਨਾ ਕਿਉਂਕਿ ਹਜੇ 25 ਦਿਨ ਪਏ ਆ ਤਾਂ 25 ਦਿਨਾਂ 'ਚ ਵੈੜ ਨੇ ਭਰਨਾ ਅਤੇ ਹੁਣ ਦੁੱਧ ਲਾਉਣਾ ਸ਼ੁਰੂ ਕਰ ਰਹੀ ਹੈ। ਥਣ ਹੱਥੀ ਚੁਆਈ ਵਾਲੇ ਆ, ਬਾਕੀ ਮਸ਼ੀਨ ਕੋਈ ਬਾਈ ਕੋਲ ਮਿਲਕਿੰਗ ਲੱਗੀ ਵੀ ਨਹੀਂ ਗੀ, ਜਿਹੜੀ ਮਿਲਕਿੰਗ ਇਹਨਾਂ ਗਾਵਾਂ ਦੀ ਹੁੰਦੀ ਉਹ ਹੱਥੀ ਕਰਦੇ ਆ ਵੀ। ਸੋ ਇਹ ਦੱਸੋ, 2 ਨੰਬਰ ਦੇ ਉੱਤੇ ਗਾਂ ਜਿਹੜੀ ਵਿਕਰੀ ਵਾਸਤੇ ਸੀਗੀ, ਇਹ 2 ਤੁਹਾਨੂੰ ਨਾਗ ਜਿਹੜੇ ਦੁੱਧ 'ਤੇ, ਜਿਵੇਂ ਵੈੜ 10-12-15 ਦਿਨਾਂ 'ਚ ਦੁੱਧ 'ਤੇ ਆ ਜਾਣੀ ਹੈ ਅਤੇ ਗਾਂ ਦਾ ਜੇ ਕੁਛ ਟਾਈਮ ਬਾਕੀ ਹੈ। ਇਹ ਤੋਂ ਇਲਾਵਾ 2 ਹੀਫਰ ਵੀ ਬਾਈ ਨੇ ਵੇਚਣੀ ਹੈ।
ਭਾਈ ਜਿਹੜੀ ਇਹ ਡੱਬੀ ਵੱਛੀ ਆਪਾਂ ਦਿਖਾ ਰਹੇ ਹਾਂ, ਹਾਂਜੀ, ਕਿੰਨੀ ਉਮਰ ਹੈ? ਇਹ 9 ਮਹੀਨਿਆਂ ਦੀ ਹੈ ਜੀ। 9 ਮਹੀਨੇ ਦੀ ਉਮਰ ਹੈ, ਹਾਂਜੀ। ਅੱਛਾ, ਮੈਨੂੰ ਇੱਕ ਗੱਲ ਦੱਸੀ ਵੀ ਇਹਦੀ ਮਾਂ ਸਾਹੀਵਾਲ ਸੀ ਜਾਂ ਇਹ ਆਪ ਸੀਮਨ ਸਾਹੀਵਾਲ ਦਾ ਸੀ? ਨਹੀਂ, ਇਹ ਨਾ ਇਹਦੀ ਜਿਹੜੀ ਮਦਰ ਸੀ ਉਹਦੇ ਵੀ ਧੁੰਨ ਸੀਗੀ। ਠੀਕ ਹੈ, ਹਾਂਜੀ। ਦੁੱਧ ਉਹਦੇ ਥੱਲੇ ਸੀਗਾ 35-40 ਲੀਟਰ, ਉਹ ਆਪਣਾ ਬੁੱਟਰ ਤੋਂ ਲੈ ਕੇ ਗਏ ਹੋਏ ਆ ਵਪਾਰੀ। ਠੀਕ ਹੈ, ਹਾਂਜੀ, ਬਹੁਤ ਚੰਗਾ ਮਤਲਬ ਢਾਂਚਾ ਉਹਦੀ ਮਦਰ ਦਾ। ਠੀਕ ਹੈ, ਸੇਮ ਉਹਦੇ ਤੇ ਹੀ ਗਈ ਹੋਈ ਹੈ ਬੱਚੀ, ਉਹਦੇ ਤੇ ਗਈ ਹੈ ਇਹ। ਹਾਂਜੀ ਹਾਂਜੀ, ਠੀਕ ਹੈ। ਇਹਦੇ ਸਿੰਘ ਦਾਗੇ ਹੋਏ? ਨਹੀਂ, ਸਿੰਘ ਇਹਦੇ ਦਿਖਾਉਣ ਵਾਲੇ ਆ ਜੀ, ਦਿਖਾਏ ਨਹੀਂ। ਹਾਂਜੀ ਹਾਂਜੀ, ਠੀਕ ਹੈ। ਸੋ ਦੱਸੋ, ਸਿੰਘ ਦਾਗੇ ਨਹੀਂ ਗਏ ਤੇ 9 ਮਹੀਨੇ ਦੀ ਉਮਰ ਹੈ। ਅੱਛਾ ਭਾਈ, ਇਹਦਾ ਕੀ ਰੇਟ ਕਰਦੇ ਹੋ? ਇਹ ਜੀ ਦੋਨੇ ਆਪਾਂ ਦੇ ਦਾਂਗੇ ਜੀ। ਇੱਕ ਇਹ ਬੱਚੀ ਹੈ, ਹਾਂਜੀ, ਇਹਦਾ 32,000 ਰੇਟ ਹੈ ਜੀ। ਠੀਕ ਹੈ, ਹਾਂਜੀ, ਔਰ 12,000 ਇਹਦਾ ਰੇਟ ਹੈ ਜੀ। ਠੀਕ ਹੈ। ਅੱਛਾ, ਇਹ ਜਿਹੜੀ ਦੂਜੀ ਬੱਚੀ ਇਹਦੀ ਉਮਰ ਕਿੰਨੀ ਹੋਊਗੀ? ਇਹ ਹੈਗੀ ਹੈ ਜੀ ਤਕਰੀਬਨ 7-8 ਮਹੀਨਿਆਂ ਦੀ ਹੈ ਜੀ। 7-8 ਮਹੀਨੇ, ਹਾਂਜੀ। ਸੋ ਦੱਸੋ, ਇਹ ਦੋਨੇ ਬਾਈ ਕਹਿੰਦਾ ਵੀ ਬੱਚੀਆਂ ਦੇ ਦਿਆਂਗੇ 34,000-42,000 ਦੇ ਵਿੱਚ, ਮਤਲਬ 32,000 ਦੀ ਇਹ ਬੱਚੀ। ਇਹ ਬੱਚੀ ਕ੍ਰੋਸ ਬਰੀਡ ਮੈਂ ਸ਼ੁਰੂ ਚ ਹੀ ਬੋਲਿਆ ਸੀ, ਕਿਉਂਕਿ ਇੱਕ ਤਾਂ ਧੁੰਨ ਦਿਸਦਾ ਸੀ, ਇੱਕ ਗੱਲ ਦੇ ਥੱਲੇ ਜਿਹੜੀ ਝਾਲਰ ਦੀਂਦੀ ਸੀਗੀ, ਰੰਗ HFL ਹੈ, ਦੁੱਧ ਦਾ ਰਿਕਾਰਡ ਇਹਦੀ ਮਾਂ ਦਾ ਬਾਈ ਦੱਸਦਾ ਬੜਾ ਚੰਗਾ। ਤੁਸੀਂ ਹੁਣੀ ਦੇਖ ਲਓ ਜੀ, ਮਤਲਬ ਕਿ ਬਹੁਤ ਵਧੀਆ ਇਹਦੀ। ਠੀਕ ਹੈ, ਤੇ ਸਾਰੇ, ਹਾਂਜੀ। ਸੋ ਇਹਦੇ ਸਿੰਘ ਹਜੇ ਦਾਗਣ ਵਾਲੇ, ਦੱਸੋ ਸਿੰਘ ਬਹੁਤਾ ਕੱਢਿਆ ਵੀ ਨਹੀਂ, ਗਾ ਦਗਾ ਸਕਦੇ ਹੋ ਜਿਹੜਾ ਵੀਰ ਖਰੀਦਣਾ ਚਾਹੁੰਦਾ, ਤੇ ਨਾਲ ਇੱਕ ਵੱਛੀ, ਬਾਕੀ HF ਤੇ ਇਹ ਤੋਂ ਇਲਾਵਾ। ਹਾਂ ਬਾਈ, ਸੀਲ ਬਹੁਤ ਜ਼ਿਆਦਾ ਜੀ ਸਾਰੇ ਆਪਣੇ ਪਸ਼ੂ। ਠੀਕ ਹੈ, ਹਾਂਜੀ, ਇਹ ਵੀ ਔਰ ਆ ਬੱਚੀ ਵੀ, ਜਿਵੇਂ ਬੱਚੀ ਪਹਿਲਣ ਹੈ ਜੀ, ਕੋਈ ਪ੍ਰੋਬਲਮ ਨਹੀਂ ਇਹਨੂੰ। ਠੀਕ ਹੈ, ਜਿਵੇਂ ਮਰਜ਼ੀ ਬੈਠੇ ਰਹੋ ਥੱਲੇ। ਠੀਕ ਹੈ, ਹਾਂਜੀ, ਹਜੇ ਤਾਂ ਇਹਨੇ ਮਤਲਬ ਕਿ ਕੋਈ ਥਣਾ ਦੇ ਵਿੱਚ ਵੀ ਉਹ ਭਰਨਾ ਸਟਾਰਟ ਨਹੀਂ ਕੀਤਾ। ਸਹੀ, ਹਜੇ ਟਾਈਮ ਪਿਆ। ਦੱਸੋ ਐਡਰੈਸ ਇਹਨੂੰ ਫੇਰ ਤੌਰ ਤੇ ਇੱਕ ਵਾਰ ਬਈ। ਹਾਂਜੀ, ਹਾਈਟ ਤਾਂ ਦੱਸੋ, ਦਰਮਿਆਨੀ ਹੈ? ਮੈਂ ਹਾਈਟ ਵਾਰ ਵਾਰ ਦਰਮਿਆਨੀ ਇਸ ਕਰਕੇ ਬੋਲ ਦਿੰਦਾ ਨਾ ਵੀ ਜਿਹੜਾ ਵੀਰ ਆਵੇ ਉਹ ਮਨ ਚ ਇਮੇਜ ਬਹੁਤੀ ਵੱਡੀ ਗਾਂ ਦੀ ਨਾ ਬਣਾ ਕੇ ਆਵੇ। ਢਾਂਚਾ ਬਹੁਤ ਸੋਹਣਾ ਗਾਂ ਦਾ, ਪਰ ਜੋ ਕੱਦ ਕਾਠ ਆ ਉਹ ਜਿੱਦਾਂ ਦਾ ਹੈ ਉਦਾਂ ਦਾ ਹੀ ਰਹਿਣਾ ਹੁੰਦਾ। ਚੌੜਾਈ ਫੁੱਲ ਹੈ, ਮਤਲਬ ਬੋਡੀ ਵੇਟ ਜਿਹੜਾ ਉਹ ਚੰਗੀਆਂ ਭਾਰੀਆਂ ਗਾਵਾਂ ਜਿੰਨਾ ਹੀ ਹੈ, ਹਵਾਨਾ ਫਿਕਸ ਹੈ। ਸੋ ਇਹ ਵੱਛੀ ਵੀ ਫੋਰ ਸੇਲ ਹੈ, 1,20,000 ਇਹਦੀ ਡਿਮਾਂਡ, 82 ਇਹਦੇ ਨਾਲ ਦੀ, ਤੇ ਉਦੋਂ ਅੱਗੇ 44, ਮਤਲਬ 2,46,000 ਇਹਨਾਂ ਚਾਰ ਪਸ਼ੂਆਂ ਦਾ ਰੇਟ ਬਾਈ ਨੇ ਰੱਖਿਆ। ਕੱਲੀ ਕੱਲੀ ਦਾ ਰੇਟ ਵੀ ਦੱਸਦਾ, ਸਾਰਿਆਂ ਦਾ ਰੇਟ ਵੀ ਤੁਹਾਨੂੰ ਟੋਟਲ ਲਾ ਕੇ ਦੱਸਦਾ, ਬਾਕੀ ਤੁਸੀਂ ਹਿਸਾਬ ਲਾ ਲਿਓ ਵੀ ਕਿਹੜਾ ਪਸ਼ੂ ਤੁਹਾਨੂੰ ਕਿਸ ਰੇਟ ਦੇ ਵਿੱਚ ਪੜਤੇ 'ਚ ਪਊਗਾ, ਤੇ ਤੁਸੀਂ ਇਸ ਪਿੰਡ 'ਚ ਆ ਕੇ ਖਰੀਦ ਲਓਗੇ। ਗਾਜੀਆਣਾ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ 'ਚ ਪੈਂਦਾ। ਧੰਨਵਾਦ ਵੀਡੀਓ ਨੂੰ ਦੇਖਣ ਲਈ। ਇੱਕ ਚੀਜ਼ ਆ ਮਾੜੀ ਜੀ ਦਿਖਾਉਣ, ਮਤਲਬ ਕਿ ਬਹੁਤ ਜ਼ਿਆਦਾ ਉਹ ਕਰੂ ਬਣਾਊਗੀ। ਸੋ ਸਪੇਸ ਵੈਸੇ ਤਾਂ ਪਹਿਲਾਂ ਵੈਡ ਆ, ਇਹਨੇ ਹਵਾਨਾ ਭਰਨਾ ਹੀ ਆ ਬਿਨਾਂ ਚੱਕ, ਅਜੇ 11-12 ਦਿਨ ਬਾਕੀ।